ਅੱਗ ਉਪਜਿਆ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਪਰਮ ਨਾ ਭੁੱਲੋ ਭਾਈ ਲੋਗਾ ਪਰਮ ਨਾ ਭੁੱਲੋ ਭਾਈ ਖਾਲਕ ਖਾਲਕ ਖਲਕ ਮੈਂ ਖਾਲਕ ਪੂਰ ਦੇ ਹੋ ਸਰਬਠਾਈ ਖਲਕ ਖਲਕ ਮੈਂ ਖਾਲਕ ਸਭ ਮੈਂ ਸੱਚਾ ਇੱਕੋ ਸੋਈ ਸਭ ਮੈਂ ਸੱਚਾ ਇੱਕੋ ਸੋਈ ਤਿਸਕਾ ਸਭ ਕੁਛ ਹੋਈ ਤਿਸ ਕਾ ਕੀ
मट्टी एक
ਇਹ ਤਨ ਐਸਾ ਇਹ ਤਨ ਐਸਾ ਜੈਸੇ ਘਾਸ ਕੀ ਟਾਟੀ ਜਲ ਗਯੋ ਘਾਸ ਜਲ ਗਯੋ ਘਾਸ ਰਲ ਗਯੋ ਮਾਟੀ ਮਾਟੀ ਏਕ ਸਾਦੋ ਏ ਤਨ ਮਿਥਿਆ ਜਾਨੋ ਰਾਤ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਲੜੀਵਾਰ ਸ਼ਬਦ ਆਇਆ ਸੀ ਇਸ ਦੀ ਬੜੀ ਡੀਪਲੀ ਡੂੰਘਾਈ ਵਿੱਚ ਜਾਣ ਨਾਲ ਮਹਿਸੂਸ ਹੋਇਆ ਸੀ ਵੀ ਇੱਕ ਸਮੇਂ ਵਿੱਚ ਮੈਂ ਇਸ ਨੂੰ ਸੰਪੂਰਨ ਨਹੀਂ ਕਰ ਸਕਾਂਗਾ ਵਿਚਾਰ ਨੂੰ ਇਸ ਲਈ ਰਾਤ ਹੀ ਬੇਨਤੀ ਕੀਤੀ ਸੀ ਕਿ ਇਸ ਨੂੰ ਲੜੀ ਨੂੰ ਅੱਗੇ ਤੋਰਾਂਗੇ ਕਿਉਂਕਿ ਦੋ ਸਬਜੈਕਟ ਮੇਨ ਸਨ ਇਹਦੇ ਵਿੱਚ ਜੁੜੇ ਹੋਏ ਇੱਕ ਸੀ ਤਨ ਦਾ ਸਾਧੋ ਇਹ ਤਨ ਮਿਥਿਆ ਜਾਨੋ ਇਹ ਮਿੱਟੀ ਹੈ ਇਹ ਰਾਤ ਵਿਚਾਰ ਹੋਈ ਸੀ ਅਤੇ ਅਗਲਾ ਸਬਜੈਕਟ ਸੀ ਯਾ ਭੀਤਰ ਜੋ ਰਾਮ ਬਸਤ ਹੈ ਜਿਹੜਾ ਅੰਦਰ ਰਹਿੰਦਾ ਹੈ ਇਸ ਤਨ ਦੀ ਆਪਣੇ ਆਪ ਵਿੱਚ ਇੱਕ ਮਿੱਟੀ ਹੋਣ ਦੀ ਤਸਵੀਰ ਸੀ ਰਾਤ ਪਰ ਇਹਦੀ ਕੀ ਫਜ਼ੀਲਤ ਹੈ ਇਹਦੀ ਕਿਹੜੀ ਮਹਾਨਤਾ ਹੈ ਜਿਸ ਲਈ ਮਨੁੱਖ ਸਾਰੇ ਜੀਵਨ ਵਿੱਚ ਤਨ ਨੂੰ ਸੰਭਾਲਦਾ ਰਹਿੰਦਾ ਹੈ ਪਾਲਦਾ ਰਹਿੰਦਾ ਹੈ ਹਰ ਪਲ ਇਸਦਾ ਧਿਆਨ ਰੱਖਦਾ ਹੈ ਸਰਦੀ ਤੋਂ ਗਰਮੀ ਤੋਂ ਬਚਾਉਂਦਾ ਹੈ ਬਿਮਾਰੀਆਂ ਤੋਂ ਬਚਾਉਂਦਾ ਹੈ ਤਨ ਨੂੰ ਸੋਹਣੇ ਕੱਪੜਿਆਂ ਨਾਲ ਸਜਾਉਂਦਾ ਹੈ ਇਹਨੂੰ ਖੁਸ਼ਬੂਆਂ ਲਾਉਂਦਾ ਹੈ ਸਭ ਕੁਝ ਤਨ ਲਈ ਮੈਂ ਇੱਕ ਵਾਰ ਕੀਤੀ ਸੀ ਇੰਨੇ ਇੰਨੇ ਵੱਡੇ ਮਹੱਲ ਬਣਾਉਂਦਾ ਉਹਦੇ 'ਚ ਰਹਿੰਦਾ ਤਾਂ ਤਨ ਹੈ ਮਨ ਤਾਂ ਉਡਾਰੀਆਂ ਮਾਰਦਾ ਉਹਦੇ ਵਿੱਚ ਬੈਠਾ ਵੀ ਸਭ ਕੁਝ ਤਨ ਲਈ ਹੈ ਪਰ ਆਖਰ ਕਿਉਂ ਤਨ ਤਾਂ ਮਿੱਟੀ ਹੈ ਤਨ ਤਾਂ ਮਿੱਥਿਆ ਹੁਣ ਆਪਾਂ ਅਗਲਾ ਲਫ਼ਜ਼ ਪਛਾਣਨਾ ਹੈ ਕਹਿੰਦੇ ਲੱਗੇ ਇੱਕ ਖਿਆਲ ਕਰੀ ਜਿਹੜੀ ਚੀਜ਼ ਦਿਸਦੀ ਹੋਵੇ ਉਹਨੂੰ ਤੂੰ ਸੱਚ ਸਮਝਣਾ ਹੈ ਅਸੀਂ ਕਹਿੰਦੇ ਹਾਂ ਚਸ਼ਮਦੀ ਗਵਾਹ ਤਾਂ ਅਦਾਲਤਾਂ ਵੀ ਮੰਨਦੀਆਂ ਨੇ ਕਹਿੰਦੇ ਨੇ ਸਾਹਮਣੇ ਸੀ ਇਹਨੇ ਅੱਖੀਂ ਦੇਖਿਆ ਦੇਖਣ 'ਤੇ ਅਸੀਂ ਵਿਸ਼ਵਾਸ ਕਰਦੇ ਹਾਂ ਜਿਹੜੀ ਚੀਜ਼ ਅੱਖੀਂ ਦੇਖ ਲਈ ਇਹਨੇ ਅੱਖੀਂ ਦਿਆ ਲੈ ਇਹਦੇ ਧੋਰ ਵੱਡੀ ਵਿਸ਼ਵਾਸ ਵਾਲੀ ਮੈਂ ਤਾਂ ਕੋਲ ਸਾਂ ਮੇਰੇ ਸਾਹਮਣੇ ਹੋਇਆ
ਅੱਖੀਂ ਦੇਖਿਆ। ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਅਗਲੀ ਲਾਈਨ ਅੰਦਰ ਦੂਜਾ ਪੱਖ ਦੇ ਦਿੱਤਾ। ਕਹਿਣ ਲੱਗੇ ਇਹ ਜੱਗ ਹੈ ਸੁਪਨਾ, ਇਹ ਜੱਗ ਹੈ ਸੰਪਤ, ਸੁਪਨੇ ਕੀ ਦੇਖ ਕਹਾਂ ਐ ਡਾਨੂ। ਸੁਪਨਾ ਵੀ ਮਨੁੱਖ ਦੇਖਦਾ, ਤਾਂ ਹੀ ਕਹਿੰਦਾ ਮੈਂ ਅੱਜ ਸੁਪਨਾ ਦੇਖਿਆ। ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਲੋਕਾਂ ਵਿੱਚ ਹੀ ਇਹ ਲਫ਼ਜ਼ ਆ ਗਏ, ਜੋ ਸੁਪਨਾ ਔਰ ਪੇਖਣਾ ਦੇਖਣਾ। ਐਸੇ ਜੱਗ ਕੋ ਜਾਣ ਇਹ ਮੈਂ ਕੱਚ ਸੱਚੋ ਨਹੀਂ ਹੈ। ਮਨੁੱਖ ਤਾਂ ਸਮਝਦਾ ਸੀ ਜਿਹੜਾ ਕੁਝ ਮੈਂ ਅੱਖੀਂ ਦੇਖ ਰਿਹਾ ਉਹ ਸੱਚ ਹੈ। ਪਰ ਭਲਿਆ ਤੂੰ ਸੁਪਨਾ ਵੀ ਤਾਂ ਦੇਖਦਾ, ਕਦੇ ਉਹਨੂੰ ਤੂੰ ਸੱਚ ਮੰਨਿਆ? ਸੁਪਨੇ ਵਿੱਚ ਕਮਾਈ ਹੋਈ ਦੌਲਤ ਤੇਰੀ ਅਮੀਰੀ ਬਣੀ ਹੈ, ਸੁਪਨੇ ਵਿੱਚ ਲਈ ਹੋਈ ਡਿਗਰੀ ਤੇਰੀ ਵਿੱਦਿਆ ਬਣੀ ਹੈ। ਹਾਲਾਂਕਿ ਸੁਪਨਾ ਵੀ ਤੂੰ ਦੇਖਦਾ, ਕਿਉਂਕਿ ਹਰ ਚੀਜ਼ ਦੇਖਣ ਵਾਲੀ ਸਾਡੀ ਨਿਗਾਹ ਵਿੱਚ ਅਸੀਂ ਚਸ਼ਮਦੀਦ ਗਵਾਹ ਕਿਉਂ ਭਾਲਣੇ ਹਾਂ ਅੱਖੀਂ? ਕਿਉਂਕਿ ਸਮਝਦੇ ਹਾਂ ਵੀ ਜਿਹੜੀ ਚੀਜ਼ ਦਿਸਦੀ ਉਹ ਸੱਚ ਹੈ। ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਰਾਤ ਲਫ਼ਜ਼ ਵਰਤੇ ਸਨ ਕਿ ਇਹ ਜੱਗ ਹੈ ਸੰਪਤ, ਸੁਪਨੇ ਕੀ ਦੇਖ ਕਹਾਂ ਐ ਡਾਨੂ। ਸੰਗ ਤੇ ਹਾਰੇ ਕਛੂ ਨਾ ਚਾਲੇ, ਇਹ ਸੱਚ ਨਹੀਂ ਤਾਹ ਕਹਾਂ ਲਪਟਾਨਾ। ਪਰ ਜਦ ਇਹ ਦਿਸਣ ਵਾਲੀ ਚੀਜ਼ ਸੱਚ ਨਹੀਂ, ਸਾਧੋ ਇਹ ਤਨ ਮਿਥਿਆ ਜਾਣੋਂ ਦਿਸਦਾ ਹੈ, ਤਾਂ ਇਹਨੂੰ ਫਿਰ ਇੰਨੀ ਸੰਭਾਲ ਪਾਲ ਕਿਉਂ ਹੈ? ਮਸਲਾ ਇਹ ਸਾਡੇ ਸਾਹਮਣੇ ਸੀ ਕਿਉਂ ਹੈ, ਕਿਉਂਕਿ ਗੁਰੂ ਨੇ ਕਹਿ ਦਿੱਤਾ। ਕਹਿਣ ਲੱਗੇ ਇਹ ਵੀ ਕੋਈ ਆਸਾਨੀ ਨਾਲ ਨਹੀਂ ਮਿਲੀ, ਗੁਰਸੇਵਾ ਅਤੇ ਭਗਤ ਕਮਾਈ ਤਬ ਇਹ ਮਾਨਸ ਤੇ ਬਣਾਈ, ਬਣਾਈ ਮਿੱਟੀ ਤੋਂ ਹੈ। ਆ ਹੁਣੇ ਵੀ ਲਫ਼ਜ਼ ਆਏ ਨੇ ਉਹ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ। ਅਗਲੀ ਲਾਈਨ ਪੜ੍ਹੋ, ਨਾ ਕੁਛ ਪੋਚ ਮਾਟੀ ਕੇ ਭਾਂਡੇ, ਕੋਈ ਕਮੀ ਨਹੀਂ ਇਸ ਮਿੱਟੀ ਦੇ ਭਾਂਡੇ ਵਿੱਚ। ਮਿੱਟੀ ਦਾ ਭਾਂਡਾ ਪਰ ਬੋਲਦਾ ਵੀ ਹੈ, ਦੇਖਦਾ ਵੀ ਹੈ, ਸੁਣਦਾ ਵੀ ਹੈ, ਸੋਚਦਾ ਵੀ ਹੈ, ਕੁਝ ਕਰਦਾ ਵੀ ਹੈ, ਚੱਲਦਾ ਵੀ ਹੈ, ਕੋਈ ਕਮੀ ਨਹੀਂ ਛੱਡੀ ਬਣਾਉਣ ਵਾਲੇ ਨੇ, ਸਾਜਨ ਹਾਰੇ ਨੇ, ਕੋਈ ਕਮੀ ਨਹੀਂ ਇਸ ਵਿੱਚ ਛੱਡੀ। ਨਾ ਕੁਛ ਪੋਚ ਮਾਟੀ ਕੇ ਭਾਂਡੇ, ਕਿਉਂ ਕਿਉਂ ਨਹੀਂ ਛੱਡੀ? ਕਿਉਂਕਿ ਉਹ ਆਪ ਵੀ ਕਮੀ ਤੋਂ ਬਾਹਰ ਹੈ, ਆਪਣੇ ਵਿੱਚ ਉਹਦੇ ਕੋਈ ਕਮੀ ਨਹੀਂ, ਇਸ ਲਈ ਉਹਦੀ ਸਾਜਨਤਾ ਵਿੱਚ ਵੀ ਕੋਈ ਕਮੀ ਨਹੀਂ। ਨਾ ਕੁਛ ਪੋਚ ਮਾਟੀ ਕੇ ਭਾਂਡੇ, ਨਾ ਕੁਛ ਪੋਚ ਕੁਮਾਰੇ, ਕੁਮਾਰ ਕੇ ਕੌਣ ਹੈ ਬਣਾਉਣ ਵਾਲਾ? ਜਿਹੜਾ ਮਿੱਟੀ ਦੇ ਭਾਂਡੇ ਬਣਾਉਂਦਾ ਅਸੀਂ ਉਹਨੂੰ ਕੁਮਾਰ ਕਹਿੰਦੇ ਹਾਂ। ਗੁਰਬਾਣੀ ਦੀ ਗਹਿਰਾਈ ਹੈ। ਕਹਿਣ ਲੱਗੇ ਉਹ ਕੁਮਾਰ ਕਿਉਂਕਿ ਸੰਪੂਰਨ ਹੈ, ਉਹਦੇ ਵਿੱਚ ਕੋਈ ਕਮੀ ਨਹੀਂ, ਇਸ ਲਈ ਉਹਦੀ ਸਿਰਜਣਾ ਵਿੱਚ ਵੀ ਕੋਈ ਕਮੀ ਨਹੀਂ। ਪੂਰੇ ਕਾਕੀਆ
ਸਭ ਕੁਛ ਪੂਰਾ, ਘੱਟ ਵੱਧ ਕੁਛ ਨਹੀਂ, ਨਾ ਕੁਛ ਪੋਚ ਮਾਟੀ ਕੇ ਭਾਂਡੇ, ਨਾ ਕੁਛ ਪੋਚ ਕੁੰਭਾਰੇ, ਕੁੰਭਾਰੇ ਵਿੱਚ ਵੀ ਕੋਈ ਕਮੀ ਨਹੀਂ। ਹੁਣ ਰੱਬ ਨੇ ਜਿਹੜਾ ਪੂਰਾ ਹੈ, ਉਹਨੇ ਸ੍ਰਿਸ਼ਟੀ, ਉਹਨੇ ਦੇਹ ਬਣਾਈ ਹੈ, ਦੇਵੀ ਉਹਨੇ ਬਣਾਈ ਹੈ, ਪਰ ਬਣਾ ਕੇ ਮਿੱਟੀ ਦੀ ਦੇਹ, ਮਿੱਟੀ ਦੀ ਦੇਹ ਨੂੰ ਕੁਮਾਰ ਜਦੋਂ ਬਣਾਉਂਦਾ ਉਦੋਂ ਪਕਾਉਂਦਾ ਹੈ। ਮੈਂ ਕਹਿੰਦਾ ਗੁਰਬਾਣੀ 'ਚ ਕਿਹੜੇ ਕਿਹੜੇ ਲਫ਼ਜ਼ ਨੇ ਜਿੱਥੇ ਇਹ ਆਖਿਆ ਨਾ ਕਿ ਮਿੱਟੀ ਦੀ ਦੇਹ ਬਣਾਈ, ਉੱਥੇ ਕਿ ਆਖਿਆ ਇਹਨੂੰ ਪਕਾਇਆ ਵੀ। ਘੜ ਭਾਂਡੇ ਕੁਮਾਰ ਨੇ, ਘੜ ਭਾਂਡੇ ਜਿਨ ਆਵੀ ਸਾਜੀ, ਚੜਨ ਵਾਲੇ ਤਾਂ ਕੀ ਆ। ਆਵੀ ਕਿਹਨੂੰ ਕਹਿੰਦੇ ਨੇ? ਉਹ ਭੱਠੀ ਨੂੰ ਆਵੀ ਕਹਿੰਦੇ ਨੇ ਜਿਸ ਭੱਠੀ ਵਿੱਚ ਕੁੰਭਾਰ ਆਪਣੇ ਭਾਂਡੇ ਪਕਾਉਂਦਾ ਹੈ। ਕੱਚੇ ਭਾਂਡੇ ਵਿੱਚ ਕੁਛ ਨਹੀਂ ਪਾਇਆ ਜਾ ਸਕਦਾ ਜੇ ਉਹਨੂੰ ਪਕਾਇਆ ਨਾ ਹੋਵੇ ਤਾਂ। ਇਸ ਲਈ ਅੱਗ ਚਾਹੀਦੀ। ਗੁਰੂ ਕਹਿੰਦੇ ਨੇ ਮਾਂ ਦੀ ਜਠਰਾ ਅਗਨ ਕੀ ਹੈ, ਉੱਥੇ ਇਸ ਮਿੱਟੀ ਦੇ ਸਰੀਰ ਨੂੰ ਪਕਾਇਆ ਜਾਂਦਾ ਹੈ। ਹੈਰਾਨ ਹੋਣਾ ਗੁਰਬਾਣੀ ਵਿੱਚ ਕੈਸੀ ਘੜ ਭਾਂਡੇ ਜਿਹਨ ਆਵੀ ਸਾਜੀ, ਆਵੀ ਵੀ ਸਾਜ ਦਿੱਤੇ ਤਾਂ ਕਿ ਉਹਦੇ ਵਿੱਚ ਇਹ ਸਰੀਰ ਪਕਾਇਆ ਜਾ ਸਕੇ, ਨਹੀਂ ਤਾਂ ਮਿੱਟੀ ਹੈ। ਅਤੇ ਜਦੋਂ ਸਰੀਰ ਰੂਪੀ ਭਾਂਡਾ ਪੱਕ ਗਿਆ, ਵੱਖ ਵੱਖ ਤਰ੍ਹਾਂ ਦਾ ਬਣਾ ਦਿੱਤਾ, ਅਤੇ ਫਿਰ ਉਹਦੇ ਕੋਲੋਂ ਉਹਦੀ ਵੈਲਿਊ ਕੀ ਰਹੀ? ਫਿਰ ਵੈਲਿਊ ਹੈ ਉਹਦੇ ਵਿੱਚ ਕੋਈ ਚੀਜ਼ ਪਾਈ ਜਾ ਸਕਦੀ, ਕੱਚੇ ਭਾਂਡੇ ਵਿੱਚ ਨਹੀਂ ਪਾਈ ਜਾ ਸਕਦੀ ਜੇ ਪਕਾਇਆ ਨਾ ਹੋਵੇ, ਕੱਚੇ ਭਾਂਡੇ ਵਿੱਚ ਨਹੀਂ ਪਾਈ ਜਾ ਸਕਦੀ। ਹੁਣ ਉਹਦੀ ਵੈਲਿਊ ਬਣ ਗਈ ਕਿਉਂਕਿ ਪੱਕ ਗਿਆ, ਉਹਦੇ ਵਿੱਚ ਹੁਣ ਵਸਤੂ ਪਾਈ ਜਾ ਸਕਦੀ ਹੈ। ਹੁਣ ਕੱਚੇ ਪੱਕੇ ਭਾਂਡੇ ਵਿੱਚ ਸੋਚ ਵੀ ਆ ਗਈ, ਉਹਦੇ ਵਿੱਚ ਅੱਖਾਂ ਦੀ ਜੋਤ ਵੀ ਆ ਗਈ, ਉਹਦੇ ਬੁੱਲਾਂ ਵਿੱਚ ਬੋਲੀ ਵੀ ਆ ਗਈ, ਉਹਦੇ ਸਰਵਣਾਂ ਵਿੱਚ ਸਰੋਤ ਵੀ ਆ ਗਈ, ਹਰ ਚੀਜ਼ ਆ ਗਈ ਰੱਖੀ ਗਈ ਕਿਉਂਕਿ ਪੱਕੇ ਭਾਂਡੇ ਵਿੱਚ ਰੱਖੀ ਜਾ ਸਕਦੀ ਹੈ, ਸਾਰੀ ਚੀਜ਼ ਆ ਗਈ। ਬਲਕਿ ਇਹ ਸਾਰੀਆਂ ਚੀਜ਼ਾਂ ਆਉਣ ਦਾ ਨਾਮ ਸਾਂਝਾ ਕੀ ਹੋ ਗਿਆ? ਗੁਰਬਾਣੀ ਅੰਦਰ ਸਤਿਗੁਰੂ ਨੇ ਆਖਿਆ, ਕਹਿਣ ਲੱਗੇ ਘੜ ਭਾਂਡੇ, ਘੜ ਭਾਂਡੇ ਜਿਨ ਅੰਮ੍ਰਿਤ ਪਾ, ਭਾਂਡਾ ਘੜਿਆ ਪਕਾ ਲਿਆ, ਹੁਣ ਉਹਦੇ ਵਿੱਚ ਅੰਮ੍ਰਿਤ ਪਾ ਦਿੱਤਾ। ਬਹੁਤ ਦੇਰ ਹੋਈ, ਮੈਂ ਇੱਕ ਵਾਰ ਕੀਤੀ ਸੀ, ਮਾਤਾ ਦੇ ਗਰਭ ਵਿੱਚ ਵੀ 4 ਮਹੀਨੇ ਬਾਅਦ ਜੀਵਨ ਆਉਂਦਾ ਹੈ, 4 ਮਹੀਨੇ ਸਿਰਫ ਬੱਚੇ ਦਾ ਸਰੀਰ ਪੱਕਦਾ ਹੈ, ਬਣਦਾ ਹੈ,
ਕੰਪਲੀਟ ਹੁੰਦਾ, ਜਾਨ ਬਾਅਦ ਵਿੱਚ ਪੈਂਦੀ ਹੈ, ਹਿਲਜੁਲ ਬਾਅਦ ਵਿੱਚ। ਇਹ ਤੁਸੀਂ ਸਾਰੇ ਜਾਣਦੇ ਹੋ ਕਿ ਗ੍ਰਿਸਤੀ ਨੂੰ ਸਾਰੀ ਗੱਲ ਦਾ ਪਤਾ ਹੁੰਦਾ, ਉਹਦਾ ਮਤਲਬ ਕੀ ਹੈ, ਕਿਉਂਕਿ ਜੀਵਨ ਉਹਦੇ ਵਿੱਚ ਰੱਖਣਾ ਹੈ, ਭਾਂਡਾ ਘੜਿਆ ਗਿਆ ਹੈ। ਅਤੇ ਜੀਵਨ ਕੀ ਹੈ? ਅੰਮ੍ਰਿਤ, ਜੀਵਨ ਅੰਮ੍ਰਿਤ ਹੈ। ਕਾਰਨ, ਕਿਉਂਕਿ ਜੀਵਨ ਜੀਵਨ ਵਿੱਚੋਂ ਮਿਲਿਆ, ਰੱਬ ਅੰਦਰ ਕਿਵੇਂ ਵੱਸਦਾ ਹੈ ਦੇਖਣਾ ਇਹ ਹੈ। ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਰਾਤ ਹੀ ਇੱਕ ਲਫ਼ਜ਼ ਕਹਿ ਦਿੱਤੇ ਸਨ, ਸਾਧੋ ਇਹ ਤਨ ਮਿਥਿਆ ਜਾਣੂ, ਯਾ ਭੀਤਰ ਜੋ ਰਾਮ ਵੱਸਦਾ ਹੈ। ਉਹ ਰਾਮ ਕੀ? ਉਹ ਹੈ ਜੀਵਨ, ਕਿਉਂਕਿ ਜੀਵਨ ਵਿੱਚੋਂ ਆਇਆ ਹੈ। ਗੁਰਬਾਣੀ ਆਖਰੀ, ਜੀਵਨੋਂ ਮੈਂ ਜੀਵਨ ਪਾਇਆ, ਕਹੋ ਕਬੀਰ ਹਮ ਰਾਮ ਕੀ ਅੰਸ਼। ਰਾਮ ਦੀ ਅੰਸ਼ ਹੈ, ਜੀਵਨ ਵਿੱਚੋਂ ਜੀਵਨ ਆਇਆ ਹੈ। ਇਸ ਲਈ ਇਸ ਨੂੰ ਇਹਦੇ ਅੰਦਰ ਰਾਮ ਵੱਸ ਗਿਆ, ਜੀਵਨ ਰੱਬ ਰੂਪ ਹੈ। ਇਸੇ ਲਈ ਕਹਿੰਦੇ ਨੇ ਜਦੋਂ ਵਾਪਸ ਵੀ ਜਾਂਦਾ ਜੀਵਨ, ਤਾਂ ਉਦੋਂ ਕਹਿ ਕਹਿਤਾ ਜੋਤੀ ਮਹਿ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏ। ਬੜੀ ਗੁਰਬਾਣੀ ਵਿੱਚ ਗਹਿਰਾਈ, ਮਾਟੀ ਮਿੱਟੀ ਹੋ ਜਾਂਦੀ ਹੈ, ਪਰ ਜਿਹੜਾ ਵਿੱਚ ਰੱਖਿਆ ਹੋਇਆ ਅੰਮ੍ਰਿਤ ਹੈ, ਜੋਤ ਹੈ, ਜੋਤ ਵਿੱਚੋਂ ਆਇਆ ਹੈ, ਉਹ ਵਾਪਸ ਜੋਤ ਵਿੱਚ ਚਲਾ ਗਿਆ ਹੈ। ਪਵਨੇ ਮੈਂ ਪਵਨ ਸਮਾਇਆ, ਜੋਤੀ ਮਾਏ ਜੋਤ ਰਲ ਜਾਇਆ, ਉਹ ਵਾਪਸ ਚਲਾ ਗਿਆ ਹੈ। ਉਹ ਜੀਵਨ ਵਿੱਚੋਂ ਆਇਆ ਸੀ, ਜੀਵਨ ਵਿੱਚ ਚਲਾ ਗਿਆ ਹੈ, ਪਰ ਟਿਕਿਆ ਉਹ ਉਸ ਬਰਤਨ ਵਿੱਚ ਆ। ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ, ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਘਰ ਭਾਂਡੇ ਘਰ ਭਾਂਡੇ ਜਿਨ ਅੰਮ੍ਰਿਤ ਪਾਇਆ। ਭਾਂਡਾ ਘੜਿਆ, ਉਹਦੇ ਵਿੱਚ ਜੀਵਨ ਰੂਪ ਅੰਮ੍ਰਿਤ ਪਾ ਦਿੱਤਾ, ਤੇ ਮਨੁੱਖ ਜੀਵਨ ਨੂੰ ਸੰਭਾਲਦਾ ਹੈ, ਅਸਲ ਵਿੱਚ ਭਾਂਡੇ ਨੂੰ ਨਹੀਂ ਸੰਭਾਲਦਾ। ਜਦੋਂ ਜੀਵਨ ਉੱਠ ਜਾਂਦਾ ਹੈ, ਮੁੱਕ ਜਾਂਦਾ, ਉਦੋਂ ਭਾਂਡੇ ਨੂੰ ਤਾਂ ਅੱਗ ਵਿੱਚ ਰੱਖ ਦਿੰਦਾ, ਚਿਖਾ 'ਚ ਰੱਖ ਦਿੰਦਾ। ਜਦੋਂ ਜੀਵਨ ਦਾ ਅੰਮ੍ਰਿਤ ਜਿਹੜਾ ਹੈ, ਜਿਹੜਾ ਅੰਦਰ ਰੱਬ ਰੂਪ ਜੀਵਨ ਬਣ ਪਏ, ਜੀਵਨੋਂ ਜੀਵਨ ਆਇਆ ਸੀ, ਉਹ ਚਲਾ ਗਿਆ, ਹੁਣ ਉਹਨੂੰ ਤਾਂ ਮਿੱਟੀ ਵਿੱਚ ਦਬਾ ਦਿੱਤਾ। ਉਹਦੀ ਮਨੁੱਖ ਜਿੰਨਾ ਸੰਭਾਲਦਾ ਹੈ ਨਾ, ਉਹ ਜੀਵਨ ਨੂੰ ਸੰਭਾਲਦਾ ਹੈ। ਮੈਨੂੰ ਐਗਜ਼ਾਮਪਲ ਯਾਦ ਹੈ, ਮੈਂ 4 ਸਾਲ ਯੂਪੀ ਵਿੱਚ ਆਗਰੇ ਵੀ ਰਿਹਾ। ਯੂਪੀ ਵਿੱਚ ਆਮ ਕਰਕੇ ਹਲਵਾਈਆਂ ਦੀ ਦੁਕਾਨ 'ਤੇ ਦੇਖੋ, ਉੱਥੇ ਮਿੱਟੀ ਦੇ ਛੋਟੇ ਛੋਟੇ ਬਰਤਨ ਹੁੰਦੇ ਨੇ, ਗਿਲਾਸ ਜੇ ਬਣੇ, ਉਹਨੂੰ ਕੁੱਲੜ ਆਖਦੇ ਨੇ, ਕੁੱਲੜ ਆਖਦੇ ਨੇ। ਉਹਦੇ ਵਿੱਚ ਚਾਹ ਦੁੱਧ ਉਹ ਪਾ ਕੇ ਦਿੰਦੇ ਨੇ, ਕਿਉਂਕਿ ਉਹ ਸੂਚਮ ਸਮਝਦੇ ਨੇ ਵੀ ਗਿਲਾਸ ਧੋਤਿਆਂ ਮੁੜ ਕੇ ਉਹ ਜਾਂ ਸਾਫ਼ ਹੋਵੇ ਨਾ ਹੋਵੇ। ਅਤੇ ਇਹ ਜਿਹੜਾ ਜਿਸ ਵੇਲੇ ਜਿਸ ਵੇਲੇ ਆਪਣਾ ਅੰਦਰ ਨੂੰ ਦੁੱਧ ਚਾਹ ਪੀ ਲਿਆਗਾ, ਉਸ ਵੇਲੇ ਸੁੱਟ ਦੇਵੇਗਾ।
ਇਸ ਲਈ ਉੱਥੇ ਉਹ ਕੁੱਲੜ ਵਿੱਚ ਪਾ ਕੇ ਦਿੰਦੇ ਨੇ। ਗਾਹਕ ਦੁੱਧ ਪੀਣ ਵਾਲਾ ਦੁੱਧ ਪੀਂਦਾ ਹੈ, ਉਹਦੇ ਪੈਸੇ ਦਿੰਦਾ ਹੈ, ਉਹਦੀ ਉਡੀਕ ਕਰਦਾ ਹੈ, ਉਹਦੀ ਮਾਇਆ ਦਿੰਦਾ, ਕੀਮਤ ਦਿੰਦਾ। ਪਰ ਮਤ ਜਾਣੋ ਵੀ ਉਹ ਕੁੱਲੜ ਦੀ ਕੀਮਤ ਹੁੰਦੀ, ਉਹ ਕੁੱਲੜ ਦੀ ਉਡੀਕ ਹੁੰਦੀ, ਉਹ ਤੇ ਅੰਦਰ ਦੁੱਧ ਦੀ ਉਡੀਕ ਹੈ। ਮਤ ਜਾਣੋ ਇਹ ਸੰਭਾਲ ਤਣਦੀ ਹੈ, ਉਹ ਤਾਂ ਅੰਦਰ ਬੈਠੇ ਹੋਏ ਉਸ ਰੱਬ ਦੀ ਹੈ ਜਿਹਦੇ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਰਾਤ ਕਹਿ ਰਹੇ ਨੇ ਕਿ ਇਹਦੇ ਅੰਦਰ ਜਿਹੜਾ ਬੈਠਾ ਹੈ ਉਹ ਸੱਚ ਹੈ, ਸਾਧੋ ਜਾਂ ਭਿੱਤਰ ਜੋ ਰਾਮ ਵਸਤ ਹੈ। ਉਹ ਵੈਲਿਊ ਤਾਂ ਅੰਦਰ ਦੁੱਧ ਹੀ ਹੈ, ਦੁੱਧ ਦੀ ਕੀਮਤ ਦੇ ਰਿਹਾ ਹੈ, ਦੁੱਧ ਦੀ ਉਡੀਕ ਕਰ ਰਿਹਾ ਹੈ, ਪਰ ਆ ਰਿਹਾ ਹੈ ਦੁੱਧ ਕੁੱਲੜ। ਜੇ ਕੁੱਲੜ ਨਾ ਹੁੰਦਾ ਤਾਂ ਦੁੱਧ ਕਿੱਥੋਂ ਆਉਂਦਾ? ਪਰ ਇੱਕ ਖਿਆਲ ਕਰਿਓ, ਦੁੱਧ ਦੇ ਖਤਮ ਹੋਣ ਨਾਲ ਕੁੱਲੜ ਦੀ ਕੋਈ ਵੈਲਿਊ ਨਹੀਂ, ਉਹ ਮਿੱਟੀ। ਗੁਰੂ ਨੇ ਬਾਣੀ ਵਿੱਚ ਸਾਰੀ ਗੱਲ ਸਪਸ਼ਟ ਕਰ ਦਿੱਤੀ। ਕਹਿਣ ਲੱਗੇ ਨਹੀਂ ਤੇ ਤਣ ਦੀ ਹਾਲਤ ਕੀ ਹੈ? ਜਾਂ ਭੱਜੇ ਜਾਂ ਭੱਜੇ ਤਾਂ ਠੀਕ ਹੋਵੇ। ਕੁੱਲੜ ਜਦੋਂ ਟੁੱਟ ਜਾਂਦਾ ਹੈ, ਘੜਾ ਮਟਕਾ ਤੌੜੀ ਜਿਹਨੂੰ ਆਪਾਂ ਕੁੰਨੀ ਵੀ ਆਖਦੇ ਹਾਂ, ਜਦੋਂ ਇਹ ਟੁੱਟ ਜਾਂਦੀ ਹੈ ਤਾਂ ਬਾਕੀ ਕੀ ਰਹਿ ਜਾਂਦਾ? ਠੀਕਰੀ, ਉਹਨੂੰ ਅਸੀਂ ਕੀ ਕਹਿੰਦੇ ਹਾਂ? ਠੀਕਰੀ। ਅਤੇ ਜੇ ਉਸ ਠੀਕਰੀ ਨੂੰ ਮੁੜ ਕੇ ਤੌੜੀ ਬਣਾਉਣਾ ਚਾਹੀਏ, ਨਹੀਂ ਬਣ ਸਕਦੀ। ਉਸ ਕੁੱਲੜ ਟੁੱਟੇ ਹੋਏ ਨੂੰ ਮੁੜ ਕੇ ਕੁੱਲੜ ਬਣਾਉਣਾ ਚਾਹੀਏ, ਨਹੀਂ ਬਣ ਸਕਦਾ। ਗੁਰਬਾਣੀ ਨੇ ਵੀ ਇਹੋ ਗੱਲ ਆਖ ਦਿੱਤੀ। ਕਹਿਣ ਲੱਗੇ ਜਾਂ ਭੱਜੇ ਤਾਂ ਠੀਕ ਹੋਵੇ, ਕਾੜਤ ਘੜੀ ਨਾ ਜਾਏ। ਜੇ ਤਣ ਮਿੱਟੀ ਹੈ ਤੇ ਉਸ ਮਾਲਕ ਦੇ ਇਸ ਆਵੇ ਵਿੱਚ ਪਕਾਇਆ ਹੈ ਤੇ ਉਹਦੇ ਵਿੱਚ ਉਹਨੇ ਅੰਮ੍ਰਿਤ ਜੀਵਨ ਦਾ ਪਾਇਆ ਹੈ, ਤੇ ਮਨੁੱਖ ਦੀ ਹਾਲਤ ਵੀ ਬਿਲਕੁਲ ਉਹੋ ਹੀ ਹੈ, ਉਹ ਅੰਮ੍ਰਿਤ ਜੀਵਨ ਦਾ ਪੀਂਦਾ ਰਹਿੰਦਾ ਹੈ, ਉਹਨੂੰ ਸੰਭਾਲਦਾ ਹੈ, ਰਸ ਮਾਣਦਾ ਹੈ। ਪਰ ਜਿਸ ਦਿਨ ਜੀਵਨ ਦਾ ਅੰਮ੍ਰਿਤ ਉਸ ਕੁੱਲੜ ਵਿੱਚੋਂ ਖਤਮ ਹੋ ਜਾਂਦਾ, ਸੁੱਟ ਦਿੰਦਾ, ਬਿਲਕੁਲ ਉਹੋ ਹੀ ਅਸ਼ਰ ਹੈ ਜਿਸ ਦਿਨ ਵਿੱਚੋਂ ਅੰਮ੍ਰਿਤ ਜੀਵਨ ਦਾ ਖਤਮ ਹੋਇਆ। ਸਾਰੀ ਜ਼ਿੰਦਗੀ ਪੀਤਾ, ਪਿਆਰ ਵੀ ਕੀਤਾ, ਰਸ ਵੀ ਮਾਣਿਆ, ਪਰ ਜਿਸ ਦਿਨ ਜੀਵਨ ਦਾ ਅੰਮ੍ਰਿਤ ਖਤਮ ਹੋਇਆ, ਵੇਖਿਆ ਹੁਣ ਇਹਦੇ ਵਿੱਚ ਜੀਵਨ ਨਹੀਂ, ਸੁੱਟ ਦਿਓ, ਕਦੀ ਮੁੜ ਕੇ ਨਹੀਂ ਬਣਦਾ। ਠੀਕ ਰਹਿ, ਕਦੀ ਮੁੜ ਕੇ ਬਣਿਆ? ਜੇ ਆਖੋ ਮੁੜ ਕੇ ਬਣ ਜਾਏ, ਫਿਰ ਉਹਨੂੰ ਜਿਹੜਾ ਹਸ਼ਰ ਉਹਦਾ
ਠੀਕਰੀ ਦਾ ਹੁੰਦਾ। ਗੁਰੂ ਸਾਹਿਬ ਨੇ ਆਖਿਆ ਕਹਿਣ ਲੱਗੇ ਜਾਂ ਭੱਜੇ ਤਾਂ ਠੀਕਰ ਹੋਵੇ, ਘੜਤ ਘੜੀ ਨਾ ਜਾਏ। ਪਰ ਉਹਦੀ ਵੈਲਿਊ ਇਸ ਗੱਲ ਵਿੱਚ ਹੈ ਕਿ ਜਿੰਨੀ ਦੇਰ ਦੁੱਧ ਨਾ ਮੁੱਕੇ ਓਨੀ ਦੇਰ ਉਹਨੂੰ ਸੰਭਾਲ ਕੇ ਰੱਖੀ। ਇਹ ਗੱਲ ਵੱਖਰੀ ਹੈ। ਰਾਤ ਵੀ ਇੱਕ ਲਫ਼ਜ਼ ਆਏ ਸਨ ਕਿ ਮਨੁੱਖ ਜਦੋਂ ਉਹ ਠੀਕਰਾ ਉਹਦੇ ਉਸ ਕੁੱਲੜ ਵਿੱਚੋਂ ਦੁੱਧ ਮੁੱਕ ਜਾਂਦਾ ਅਤੇ ਉਹਨੂੰ ਸੁੱਟਦਾ ਭਾਵੇਂ ਪਾਣੀ ਵਿੱਚ ਅਤੇ ਭਾਵੇਂ ਅੱਗ ਵਿੱਚ, ਠੰਡੀ ਤਾਤੀ ਮਿੱਟੀ ਖਾਈ ਇਹ ਨਾ ਬਾਲਾ ਬੁੱਢਾ ਬਹਾਈ। ਠੰਡੀ ਕਹਿੰਦੇ ਨੇ ਪਾਣੀ ਨੂੰ, ਤਾਤੀ ਕਹਿੰਦੇ ਨੇ ਅੱਗ ਨੂੰ, ਮਿੱਟੀ ਕਹਿੰਦੇ ਨੇ ਕਬਰ ਨੂੰ। ਕਈ ਪਾਣੀ ਵਿੱਚ ਰੁੜ ਦਿੰਦੇ ਨੇ ਜਿਹਨੂੰ ਜਲ ਪ੍ਰਵਾਹ ਆਖਦੇ ਨੇ, ਅਤੇ ਕਈ ਅੱਗ ਵਿੱਚ ਜਲਾਉਂਦੇ ਨੇ, ਕਈ ਧਰਤੀ ਵਿੱਚ ਦਫਨਾਉਂਦੇ ਨੇ। ਗੁਰੂ ਸਾਹਿਬ ਨੇ ਕਹਿ ਦਿੱਤਾ ਠੰਡੀ ਤਾਤੀ ਮਿੱਟੀ ਖਾਈ। ਪਰ ਕਹਿਣ ਲੱਗੇ ਨਾਲ ਹੀ ਮੈਂ ਇਹ ਦੱਸ ਦਿਆਂ ਕਿ ਇਹ ਜਿਹੜਾ ਦੁਰਲਭ ਜਿਹਾ ਕੁੱਲੜ ਹੈ ਨਾ, ਜਿਹੜਾ ਸਾਰੀ ਜ਼ਿੰਦਗੀ ਜੀਵਨ ਭਰ ਤੈਨੂੰ ਅੰਦਰੋਂ ਦੁੱਧ ਪਿਆਉਂਦਾ ਹੈ, ਇਹ ਕਿਸੇ ਆਮ ਦਾ ਨਹੀਂ ਬਣਾਇਆ ਹੋਇਆ। ਇਸੇ ਲਈ ਉਹਦਾ ਨਾਂ ਇੱਕ ਰੱਖ ਦਿੱਤਾ। ਕਹਿਣ ਲੱਗੇ ਮਾਟੀ ਤੇ ਜਿਨ ਸਾਜਿਆ ਕਰ ਦੁਰਲਭ ਦੇ। ਹਾਂ, ਦੁਰਲਭ ਦੇ, ਦੁਰਲਭ ਦਾ ਅਰਥ ਕੀ ਹੁੰਦਾ ਹੈ? ਬੜੀ ਮਹਿੰਗੀ, ਜਿਹੜੀ ਹਰ ਥਾਂ ਤੋਂ ਨਾ ਮਿਲ ਸਕੇ, ਹਰ ਦੁਕਾਨਦਾਰ ਨਾ ਰੱਖ ਸਕੇ, ਇਹ ਬੜੀ ਦੁਰਲਭ ਹੈ। ਇਹ ਲੱਭਦੀ ਨਹੀਂ, ਲੋਕ ਭਾਲਦੇ ਫਿਰਦੇ ਨੇ। ਇਸ ਦੇਹੀ ਦੀ ਖਾਤਰ ਹੀ ਡੇਰਿਆਂ ਵਿੱਚ ਲੋਕ ਜਾਂਦੇ ਨੇ। ਇਹ ਆਪਣੀ ਮਰਜ਼ੀ ਦਾ ਡੇਰਾ, ਇਹ ਗੱਲ ਵੱਖਰੀ ਹੈ ਕਿ ਡੇਰਿਆਂ ਵਿੱਚ ਜਾ ਪੀਰਾਂ ਫਕੀਰਾਂ ਕੋਲ ਕਬਰਾਂ 'ਤੇ ਜਾ ਕੇ ਦੀਵੇ ਜਗਾਉਂਦੇ ਨੇ, ਮੁਰਦਿਆਂ ਕੋਲੋਂ ਜੀਵਨ ਪਾਲਦੇ ਨੇ। ਮਨੁੱਖ ਬਦਲੇ ਵਿੱਚ ਚਾਹੁੰਦਾ ਕਿ ਇਹ ਜੀਵਨ ਮਿਲ ਜਾਏ, ਕੋਈ ਦੁਰਲਭ ਦੇਹ ਮਿਲ ਜਾਏ, ਕੋਈ ਬੱਚਾ ਮਿਲ ਜਾਏ। ਮੈਨੂੰ ਤਾਂ ਬਲਕਿ ਮਨੁੱਖ ਦੀ ਆਪਣੀ ਸੋਚ ਦਾ ਕਈ ਥਾਵਾਂ 'ਤੇ ਜ਼ਿਕਰ ਬੜਾ ਸੋਹਣਾ ਆ ਜਾਂਦਾ ਹੈ। ਸਤਿਗੁਰੂ ਨੇ ਬਾਣੀ ਵਿੱਚ ਕਿਉਂ ਆਖ ਦਿੱਤਾ ਮਾਏ ਬਾਪ ਕੋ ਬੇਟਾ ਨਿੱਕਾ, ਉੱਥੇ ਧੀ ਨਹੀਂ ਆਖਿਆ? ਕੁਝ ਦਿਨ ਹੋਏ ਬੜੀ ਸੋਹਣੀ ਕਿਸੇ ਨੇ ਪੋਸਟ ਪਾਈ, ਉਹ ਕਹਿੰਦਾ ਇੰਨੇ ਗੁਰਦੁਆਰੇ ਬਣੇ ਜਿੱਥੇ ਲੋਕ ਜਾਂਦੇ ਨੇ ਉੱਥੋਂ ਦੀ ਸਿਫਤ ਕਰਦੇ ਹੋਇਆਂ, ਲੋਕ ਦੱਸਦੇ ਨੇ ਇੱਥੇ ਆ ਕੇ ਅਰਦਾਸ ਕਰੋ, ਇੱਥੇ ਇੰਨੀ ਵਾਰੀ ਇਸ਼ਨਾਨ ਕਰੋ ਅਤੇ ਪੁੱਤਰ ਦੀ ਦਾਤ ਮਿਲਦੀ ਹੈ। ਕਹਿਣ ਲੱਗਾ ਕੋਈ ਗੁਰਦੁਆਰਾ ਮੈਨੂੰ ਲਿਖਦਾ ਵੀ ਕੋਈ ਗੁਰਦੁਆਰਾ ਮੈਨੂੰ ਅਜੇ ਲੱਭ ਕੇ ਦੱਸੋ ਜਿੱਥੇ ਲਿਖਿਆ ਹੋਵੇ ਕਿ ਧੀ ਦੀ ਦਾਤ ਮਿਲਦੀ ਹੈ, ਪੁੱਤਰ ਦੀ ਦਾਤ ਮਿਲਦੀ ਹੈ। ਮਨੁੱਖ ਦੇਹ ਵੀ ਆਪਣੀ ਪਸੰਦ ਦੀ ਚਾਹੁੰਦਾ ਹੈ, ਦੇਹ ਵੀ ਆਪਣੀ ਪਸੰਦ ਦੀ ਚਾਹੁੰਦਾ। ਗੁਰੂ ਨੇ ਵੀ ਬਾਣੀ ਵੀ ਇਸ ਦਾ ਜ਼ਿਕਰ ਕਰ ਦਿੱਤਾ, ਕਹਿਣ ਲੱਗੇ ਮਾਏ ਬਾਪ ਕੋ ਬੇਟਾ ਨਿੱਕਾ। ਭਲਿਓ, ਗੁਰੂ ਆਪਣੀ ਰਸਨਾ ਤੋਂ ਹਰ ਗੱਲ ਦਾ ਭੁਲੇਖਾ ਦੂਰ ਕਰਦਾ ਹੈ। ਇਹ ਜਿਹੜਾ ਸ਼ੰਕਾ ਪੈਦਾ ਹੋਇਆ ਹੈ ਨਾ,
ਕਿ ਸੰਸਾਰ ਜਿਹੜਾ ਹੈ ਜੇ ਤਨ ਮਿੱਥਿਆ ਹੈ ਤੇ ਇਹਦੇ ਵਿੱਚ ਸੰਸਾਰ ਵਿੱਚ ਇਸ ਤਨ ਵਿੱਚ ਜਿਹੜਾ ਮਿੱਥਿਆ ਨਹੀਂ ਉਹ ਰੱਬ ਕਿਵੇਂ ਰਹਿੰਦਾ ਹੈ? ਇਹ ਸ਼ੰਕਾ ਹੈ, ਰਾਤ ਦੇ ਸ਼ਬਦ ਦਾ ਸ਼ੰਕਾ ਹੈ ਕਿ ਸਾਧੋ ਇਹ ਤਨ ਮਿੱਥਿਆ ਜਾਣੋ ਜਾਂ ਭੀਤਰ ਜੋ ਰਾਮ ਵਸਦਾ ਹੈ ਸਾਚੋ ਤਾਂ ਪਛਾਣੋ। ਇਹ ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰਮੀਤ ਜਗ ਝੂਠ ਹੈ। ਤੇ ਦੂਜੇ ਪਾਸੇ ਕਹਿ ਦਿੱਤਾ ਇਹ ਜਗ ਸੱਚੇ ਕੀ ਹੈ ਕੋਠੜੀ, ਹੁਣ ਤਾਂ ਘਰ ਹੈ ਇਹ ਤਨ ਮਿੱਥਿਆ ਹੈ ਪਰ ਉਹਦੇ ਵਿੱਚ ਉਹ ਰਹਿੰਦਾ ਯਾਰ ਭੀਤਰ ਜੋ ਰਾਮ ਵਸਤ ਹੈ ਉਹ ਜੀਵਨ ਹੈ, ਉਹ ਝੂਠ ਨਹੀਂ, ਉਹ ਸੱਚ ਹੈ। ਆਦਿ ਸੱਚ ਜੋ ਆਦਿ ਸੱਚ ਹੈ ਵੀ ਸੱਚ, ਨਾਨਕ ਉਹ ਸੀ ਵੀ ਸੱਚ, ਉਹ ਹਮੇਸ਼ਾ ਸੱਚ ਹੈ। ਕਿਵੇਂ ਰਹਿੰਦਾ? ਇਹ ਸ਼ੰਕਾ ਪੈਦਾ ਹੋਣਾ ਹੀ ਸੀ ਤੇ ਅਖੀਰ ਤੇ ਇਹੋ ਹੀ ਸ਼ੰਕਾ ਅੱਜ ਆਪਾਂ ਦੂਰ ਕਰਨਾ ਹੈ। ਇੱਕ ਲਫਜ਼ ਨੇ ਅਖੀਰਲੇ ਉਹ ਇਹ ਕਿ ਕਹਿ ਕਬੀਰ ਮੇਰੀ ਸ਼ੰਕਾ ਨਾਸੀ, ਉਹ ਜਿਹੜੀ ਸ਼ੰਕਾ ਪੈਦਾ ਹੋਈ ਸੀ ਨਾ ਉਹ ਕਬੀਰ ਨੇ ਆਪਣੀ ਰਸਨਾ ਤੋਂ ਆਖ ਦਿੱਤਾ। ਕਹਿਣ ਲੱਗੇ ਜਦੋਂ ਮੈਂ ਆਖਰੀ ਤੁਕ ਪੜ੍ਹੀ ਨਾ ਮੇਰੀ ਸ਼ੰਕਾ ਨੱਸ ਗਈ। ਉਹ ਨੱਸ ਕਿਸ ਤਰ੍ਹਾਂ ਗਈ ਕਿ ਰੱਬ ਜੀਵਨ ਰੂਪ ਹੋ ਕੇ ਅੰਦਰ ਬੈਠਾ ਹੈ, ਜੀਵਨੋਂ ਮੈਂ ਜੀਵਨ ਪਾਇਆ। ਬਸ ਜਦੋਂ ਮੈਂ ਜੀਵਨ ਰੂਪ ਵਿੱਚ ਰੱਬ ਨੂੰ ਅੰਦਰ ਵੇਖਿਆ ਤੇ ਜੀਵਨ ਸਾਰਿਆਂ ਵਿੱਚ ਹੀ ਹੈ, ਇਸ ਵਾਸਤੇ ਮੈਨੂੰ ਸਰਬ ਨਿਰੰਜਨ ਡੀਠਾ, ਮੇਰੀ ਸ਼ੰਕਾ ਦੂਰ ਹੋ ਗਈ। ਮੇਰੇ ਅੰਦਰ ਸ਼ੰਕਾ ਜਿਹੜੀ ਰਾਤ ਪੈਦਾ ਹੋਈ ਸੀ ਨਾ ਕਿ ਉਹ ਰੱਬ ਜਿਹੜਾ ਆਪ ਸੱਚ ਹੈ ਉਹ ਝੂਠ ਦੇ ਵਿੱਚ ਕਿਵੇਂ ਬੈਠਾ ਹੈ, ਜਗ ਰਚਨਾ ਸਭ ਝੂਠ ਹੈ, ਸਾਧੋ ਇਹ ਤਨ ਮਿੱਥਿਆ ਜਾਣੋ ਜਾਂ ਭੀਤਰ ਜੋ ਰਾਮ ਵਸਤ ਹੈ। ਇਹ ਜਿਹੜਾ ਮਿੱਥਿਆ ਤਨ ਹੈ ਉਹਦੇ ਵਿੱਚ ਰੱਬ ਕਿਵੇਂ ਵਸਦਾ ਹੈ? ਇਹ ਸ਼ੰਕਾ ਸੀ ਔਰ ਸਕਾਰਤ ਸ਼ੰਕਾ ਸੀ, ਸੱਚੀ ਸ਼ੰਕਾ ਸੀ। ਅਤੇ ਅੱਜ ਦੇ ਸ਼ਬਦ ਵਿੱਚ ਬਾਬਾ ਕਬੀਰ ਨੇ ਆਖਿਆ ਮੇਰੀ ਸ਼ੰਕਾ ਦੂਰ ਹੋ ਗਈ। ਜੇ ਰੱਬ ਜੀਵਨ ਹੈ, ਜੀਵਨੋਂ ਮੈਂ ਜੀਵਨ ਪਾਇਆ ਹੈ, ਜੇ ਰੱਬ ਜੀਵਨ ਹੈ ਅਤੇ ਉਹ ਸਾਰਿਆਂ ਵਿੱਚ ਹੈ ਅਤੇ ਫਿਰ ਮੈਨੂੰ ਵੀ ਸਾਰਿਆਂ ਵਿੱਚ ਰੱਬ ਦਿਸਣ ਲੱਗ ਪਿਆ ਹੈ। ਇਸੇ ਗੱਲ ਨੂੰ ਆਖਰੀ ਲਾਈਨ ਵਿੱਚ ਫੈਸਲਾ ਦਿੱਤਾ, ਕਹਿਣ ਲੱਗੇ ਕਹਿ ਕਬੀਰ ਮੇਰੀ ਸ਼ੰਕਾ ਨਾਸੀ, ਕਹਿ ਕਬੀਰ ਮੇਰੀ ਸ਼ੰਕਾ ਨਾਸੀ, ਸਰਬ ਨਿਰੰਜਨ ਸਾਜੀ
ਘੜੇ ਕੁੰਭਾਰਾ ਕਦੀ ਕੁੰਭਾਰ ਦੇ ਵਿਹੜੇ ਜਾਓ, ਉੱਥੇ ਇੱਕੋ ਮਿੱਟੀ ਦੇ ਤਰ੍ਹਾਂ ਤਰ੍ਹਾਂ ਦੇ ਵੱਖ ਵੱਖ ਬਰਤਨ ਬਣਾਏ ਪਏ ਨੇ। ਉਸੇ ਮਿੱਟੀ ਵਿੱਚੋਂ ਉਹ ਤੌਲੀ ਪਿਆ ਬਣਾਉਂਦਾ ਹੈ, ਉਸੇ ਮਿੱਟੀ ਵਿੱਚੋਂ ਮਟਕਾ ਪਿਆ ਬਣਾਉਂਦਾ ਹੈ, ਉਸੇ ਮਿੱਟੀ ਵਿੱਚੋਂ ਕੁੱਲੜ ਪਿਆ ਬਣਾਉਂਦਾ ਹੈ, ਉਸੇ ਮਿੱਟੀ ਵਿੱਚੋਂ ਚੱਪਣੀ ਪਿਆ ਬਣਾਉਂਦਾ। ਮਿੱਟੀ ਉਹ ਹੀ ਹੈ ਬਹੁਤ ਭਾਂਡੇ ਘੜੇ ਕੁਮਾਰਾ। ਮੇਰੇ ਮਾਲਕ ਨੇ ਵੀ, ਸਿਰਜਣਹਾਰ ਕੁਮਾਰ ਨੇ ਵੀ, ਜਿਹਨੇ ਸਾਜਨਾ ਕੀਤੀ ਇਸ ਸੰਸਾਰ ਦੀ, ਉਹਨੇ ਉਸੇ ਹੀ ਮਿੱਟੀ ਤੋਂ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨਹਾਰੇ ਵਿੱਚੋਂ ਪੰਛੀ ਵੀ ਬਣਾ ਦਿੱਤੇ ਨੇ, ਜੰਗਲਾਂ ਵਿੱਚ ਰਹਿਣ ਵਾਲੇ ਜਾਨਵਰ ਵੀ ਬਣਾ ਦਿੱਤੇ ਨੇ, ਦਰਖਤ ਬਣਾ ਦਿੱਤੇ ਨੇ, ਮਨੁੱਖ ਵੀ ਬਣਾ ਦਿੱਤਾ। ਪਰ ਹਰ ਵਿੱਚ ਫਜ਼ੀਲਤ ਇਹ ਪਾਈ ਹੈ ਕਿ ਉਹਦੇ ਵਿੱਚ ਆਪ ਬੈਠ ਗਿਆ ਹੈ ਜੀਵਨ ਬਣ ਕੇ, ਜੀਵਨ ਬਣ ਕੇ ਆਪ ਬੈਠ ਗਿਆ। ਜਿਸ ਦਿਨ ਉਹ ਜੀਵਨ ਅੰਦਰੋਂ ਖਤਮ ਹੋ ਜਾਂਦਾ, ਬਾਕੀ ਮਿੱਟੀ ਰਹਿ ਜਾਂਦੀ ਹੈ। ਮਾਟੀ ਮਾਟੀ ਹੋਈ ਏਕ, ਅਤੇ ਗੁਰੂ ਕਹਿੰਦੇ ਨੇ ਰੋਵਨ ਹਾਰੇ ਕੀ ਕੌਣ ਟੇਕ। ਉਹ ਤਾਂ ਮਿੱਟੀ ਤੋਂ ਪੈਦਾ ਹੋਇਆ ਸੀ, ਮਿੱਟੀ ਚਲਾ ਗਿਆ, ਜੀਵਨ ਜੀਵਨ ਵਿੱਚੋਂ ਆਇਆ ਸੀ, ਜੀਵਨ ਵਿੱਚ ਚਲਾ ਗਿਆ। ਬਲਕਿ ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਮੈਂ ਦੇਖਦਾ ਕੀ ਆ, ਜਿਹੜਾ ਕਬਰ ਦੀ ਤਿਆਰੀ ਵਾਸਤੇ ਬੁੱਕ ਬੁੱਕ ਮਿੱਟੀ ਦਾ ਪਾ ਰਿਹਾ, ਉਹ ਇਹ ਨਹੀਂ ਸੋਚ ਰਿਹਾ ਕੱਲ ਮੇਰੇ ਵੀ ਕਿਸੇ ਨੇ ਪਾਉਣਾ ਹੈ। ਜਿਹੜਾ ਚਿਖਾ ਦੀ ਤਿਆਰੀ ਲਈ ਇੱਕ ਇੱਕ ਲੱਕੜ ਚੁੱਕ ਕੇ ਲਿਆ ਰਿਹਾ, ਉਹ ਸਮਝਦਾ ਮੈਂ ਇਹਨੂੰ ਜਲਾ ਰਿਹਾ, ਨਹੀਂ ਉਹਨੂੰ ਪਤਾ ਇਹੋ ਹਸ਼ਰ ਮੇਰਾ ਵੀ ਹੋਣਾ। ਜੇ ਤਣ ਜਿਸ ਦੇ ਅੰਦਰੋਂ ਵੀ ਜੀਵਨ ਦਾ ਅੰਮ੍ਰਿਤ, ਜਦੋਂ ਵੀ ਦੁੱਧ ਖਤਮ ਹੋ ਜਾਏਗਾ, ਕੁੱਲੜ ਦੀ ਦਾ ਹਸ਼ਰ ਇਹੋ ਹੋਏਗਾ, ਉਹ ਮਿੱਟੀ ਹੈ। ਠੀਕ ਰਹੇ ਮੁੜ ਕੇ ਵੀ ਨਹੀਂ ਕਿਸੇ ਕੰਮ ਆਉਂਦਾ ਉਹ, ਕਿਉਂਕਿ ਕੰਮ ਨਹੀਂ ਆਉਂਦਾ ਇਸ ਲਈ ਲੋਕ ਬਿਲੇ ਲਾ ਦਿੰਦੇ ਨੇ। ਇਹ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਰਾਤ ਦੇ ਸ਼ਬਦ ਦਾ ਤਤਪਰ, ਜਿਹੜਾ ਸਮਝਣਾ ਜ਼ਰੂਰੀ ਸੀ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕ ਹਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।